ਜਿਹੜੇ ਛੋਟੀ ਔਲਾਦ ਵਾਲੇ ਆਏ ਬੈਠੇ ਹੋ ਰੋ ਕੇ ਆਦੇ ਨੇ ਈਦ ਵਾਲੀ ਰਾਤ ਆਉਂਦੀ ਹੈ ਮਾਂ ਤੇ ਭੈਣਾਂ ਦੇ ਹਿੱਸੇ ਦੀ ਅਸਾਂ ਦੋਵੇਂ ਵੀਰਾ ਇੱਕ ਬਏ ਦੇ ਗੱਲ ਚ ਬਹੀਂ ਪਾ ਕੇ ਤੇਰੇ ਘਰ ਸਮ ਕੇ ਈਦ ਵਾਲੀ ਰਾਤ ਮਾਂ ਤੇ ਭੈਣਾਂ ਦੇ ਹਿੱਸੇ ਦੇ ਵਹਿਣ ਕਰਨੇ ਅਸਾਂ ਦਾਰੋ ਮਾਤਮੀਆਂ ਬਿਸਤਰ ਬਣਾ ਦਿੱਤੇ ਚਰਾਗ ਬੁਝਾ ਕੇ ਮਾਤਮੀਆਂ ਦਾ ਦਾਰੋ ਤੁਰ ਰਹੀ ਹੁਣ ਤੁਹਾਡੇ ਤੇ ਸਵਾਲ ਕਰੇ ਨਾ ਮਾਤਮੀਆਂ ਦਾ ਦਾਰੋ ਕਹੇ ਮਾਂ ਦੇ ਹੋਵੇ ਨਾ ਛੇ ਪੁੱਤਰ ਲਫ਼ਜ਼ ਫਿਤਰਤ ਹੈ ਹਾਏ ਕਰ ਚੜੇ ਮੈਂ ਕਹਿ ਕਹਿ ਮਾਂ ਦੇ ਹੋਵੇ ਨਾ ਛੇ ਪੁੱਤਰ ਮਾਤਮੀਆਂ ਹੋਵੇ ਈਦ ਵਾਲੀ ਰਾਤ ਪੰਜ ਪੁੱਤਰ ਕੋਲ ਹੋਵੇ ਨਾ ਛੇਵਾਂ ਕੈਦ ਨਾ ਹੋਵੇ ਤਲੀਮ ਦੇ ਸਿਲਸਿਲੇ ਘਰ ਤੋਂ ਦੂਰ ਹੋਵੇ ਅਜ਼ਾਦਾਰ ਉਹ ਮਾਂ ਖਾਣਾ ਨਹੀਂ ਖਾਂਦੀ ਵਾਰਿਸ ਨੂੰ ਆਦੀਏ ਪਹਿਲੇ ਉਹ ਪੁੱਤਰ ਮੰਗਾ ਜਿਹੜਾ ਪਰਦੇਸ ਵਿੱਚ ਅਲਮਾਨ ਅਲਮਾਨ ਮਾਂ ਹੁਸੈਨ ਦੀ ਰਾਜ਼ੀ ਹੋਈ ਮਾਤਮੀਆਂ ਦਾ ਦਾਰੋ ਵਹਿਣ ਦੇ ਕਰੀਬ ਆਵਾਂ ਹਾਈ ਈਦ ਵਾਲੀ ਰਾਤ ਸ਼ਹਿਜ਼ਾਦੇ ਸੁੱਤੇ ਨੇ ਮੋਮਨਾ ਦਰਵਾਜ਼ਾ ਬੰਦ ਕੀਤਾ ਤਾਲਾ ਲਾ ਕੇ ਆਪਣੇ ਮਕਾਨ ਚ ਆ ਕੇ ਸੁੱਤੀਏ ਮਾਤਮੀਆਂ ਦਾ ਦਾਰੋ ਅੱਧ ਰਾਤ ਦਾ ਟਾਈਮ ਹੈ ਇਹਦੇ ਤੇ ਅੱਲਾ ਦੀ ਲਾਨਤ ਹੋਵੇ ਕਮੀਨਾ ਹਾਰਿਸ ਸਵਾਰੀ ਥੱਕੀ ਹੋਈ ਹੈ ਪਸੀਨੇ ਤੋਂ ਸ਼ਰਾਬ ਹੋ ਰਹੇ ਮੋਮਨਾ ਮਾਈ ਖਾਣਾ ਚਾਹ ਕੇ ਪੇਸ਼ ਕੀਤਾ ਹੈ ਅਧੇ ਨਾ ਖਾਂਦਾ ਅਧੇ ਕਿਉਂ ਨਾ ਖਾਂਦਾ ਅਧੇ ਲਬਸਨ ਤੱਕ ਖਾਸਾ ਇਹਦੇ ਮੂੰਹ ਚੋਂ ਨਿਕਲੇ ਕੌਣ ਅਧੇ ਮੁਸਲਿਮ ਦੇ ਯਤੀਮ ਅਧੇ ਕਮੀਨਾ ਹਯਾ ਕਰ ਕੋਈ ਪਿਆ ਖੁਲਾਵੇ ਅਲੀ ਦੀਆਂ ਧੀਆਂ ਦੇ ਵਾਲ ਤੂੰ ਨਾ ਖੁਲਾਵੇ ਇਸ ਖਾਣਾ ਨਹੀਂ ਖਾਤਾ ਇਹ ਇਸ ਤਰ੍ਹਾਂ ਦੀ ਹਾਲਤ ਹੈ ਆਪਣੇ ਸੇਨੇ ਸੁੱਤੇ ਇਡੋ ਹਈ ਈਦ ਵਾਲੀ ਰਾਤ ਅੱਧ ਰਾਤ ਦਾ ਟਾਈਮ ਹੋਏ ਅਜ਼ਾਦਾਰ ਸ਼ਹਿਜ਼ਾਦਿਆਂ ਕੋ ਮਾਂ ਖਾ ਵਿੱਚ ਮਿਲੀਏ ਅਮਾਮਾ ਦੇ ਵਹਿਣਾ ਛੋਟਾ ਸ਼ਹਿਜ਼ਾਦਾ ਬੇਟਾ ਦੇ ਵੀਰ ਜਾ ਗੋਣ ਮੈਨੂੰ ਮਾਂ ਮਿਲੀਏ ਅਜ਼ਾਦਾਰ ਵੱਡੇ ਸ਼ਹਿਜ਼ਾਦੇ ਦਾ ਵਹਿਣਾ ਤੇ ਕੋ ਮਾਂ ਮਿਲੀਏ ਮੈਂ ਕੋ ਮਾਂ ਚਾਹੇ ਹਾਂ ਨਾਲ ਮੇਰੀਆਂ ਚੋਟੀਆਂ ਚੁੰਮਦੀਆਂ ਯਾਦ ਆਈ ਕਿਹੜੀ ਮਜਬੂਰੀਆਂ ਅਲਮਾਨ ਵੱਧ ਯਾਦ ਨਹੀਂ ਰਹੀ ਕਾਤਲ ਨਗਾਰੇ ਅੰਮਾ ਅੰਮਾ ਦੇ ਵੈਣ ਬੁਲੰਦ ਹੋਏ ਬਾਬਾ ਸੱਤਰ ਸ਼ਾਹ ਦੀ ਹਰਾਮੀ ਦੇ ਕੰਨਾਂ ਤੇ ਰੋਵਣ ਦੀ ਆਵਾਜ਼ ਆਈ ਹੈ ਘਰ ਵਾਲੀ ਕੋ ਬੈਠਾ ਜਗੈਂ ਦਿਆ ਦੇ ਜਾਗ ਕਹਿੰਦੇ ਬਾਲੇ ਆਦੀਏ ਕਮੀਨਾ ਸੰਭੋ ਕਹਿ ਹਮਸਾਇਆਂ ਦੇ ਬਾਲੋ ਸੇਨ ਜਿਹੜਾ ਕਦੇ ਗਿਆ ਤੇ ਲੈ ਜਾ ਦੱਸਦਾ ਏ ਰੁੱਲੇ ਹੋਏ ਯਤੀਮੇ ਅਲਮਾਨ ਯਾਰੇ ਕਰਬਲਾ ਬਣ ਗਈ ਏ ਤੇਰੇ ਮਜ਼ਹਬ ਵਿੱਚ ਮਾਤਮ ਜਾਏਦੇ ਤੇਰੇ ਮਜ਼ਹਬ ਵਿੱਚ ਮਾਤਮ ਜਾਏਦੇ ਅਜ਼ਾਦਾਰੋ ਮਾਤਮੀਓ ਅਦੇ ਨਹੀਂ ਇੰਝ ਲੱਗਦਾ ਏ ਮੇਰੇ ਮਕਾਨ ਦੀ ਛੱਤ ਬੈਠੇ ਰਹਿੰਦੇ ਨੇ ਅਦੇ ਜਲਦੀ ਕਰ ਮੈਨੂੰ ਉਤਲੇ ਮਕਾਨ ਦੀਆਂ ਚਾਬੀਆਂ ਦੇ ਭਾਈ ਫਰਾਤ ਮੈਂ ਦਰਦਾ ਕਹਿਣ ਰਿਵਾਇਤ ਪਰਸਾ ਕਿਵੇਂ ਅਜ਼ਾਦਾਰ ਬਰਦਾਸ਼ਤ ਕਿਵੇਂ ਕਰੇ ਸੇ ਜਿਤਨੇ ਮਾਤਮੀ ਅਜ਼ਾਦਾਰ ਆਏ ਬੈਠੇ ਹੋ ਇਸ ਚਾਬੀਆਂ ਮੰਗੀਆਂ ਨੇ ਮੋਮਨਾ ਇਨਕਾਰ ਕੀਤਾ ਏ ਹੁਣ ਜਿਹੜੇ ਜਵਾਨ ਬੈਠੇ ਹੋ ਜਿਹੜੇ ਬੱਚੇ ਬੈਠੇ ਹੋਏ ਤੁਹਾਡੇ ਹਿੱਸੇ ਦਾ ਮਸਾਇਬ ਰੱਜ ਕੇ ਮਾਤਮ ਕਰਾਏ ਉਹ ਜਵਾਨ ਮਾਤਮੀ ਅਜ਼ਾਦਾਰ ਮੋਮਨਾ ਚਾਬੀਆਂ ਤੋਂ ਇਨਕਾਰ ਕੀਤਾ ਇਸ ਹਰਾਮੀ ਵਜ਼ਨੀ ਤਾਜ਼ੀਆ ਨਾ ਜਾਇਆ ਹੈ ਇਸੇ ਨਚ ਮੋਮਨਾ ਨੂੰ ਤਾਜ਼ੀਆ ਨੇ ਖੜਾ ਮਰੇਂਦਾ ਹੈ ਉਹ ਯਾਰ ਮਾ ਤਾਜ਼ੀਆ ਨਾ ਮਿੱਟੀ ਤੇ ਜਾਣ ਪਈਏ ਆਦੀ ਯਾਰਾ ਮੇਰੇ ਵਸ ਮੁੱਕ ਗਿਆ ਹੈ ਉਹ ਤੂੰ ਜਾਣ ਤੇਰੀ ਅਲਮਾਨ ਅਲਮਾਨ ਯਾਰ ਮਾਂ ਪਿਓ ਦੇ ਨਸੀਬ ਹੋ ਮਾਂ ਪਿਓ ਦੇ ਨਸੀਬ ਹੋਵੋ ਮਾਂ ਪਿਓ ਦੇ ਨਸੀਬ ਹੋਵੋ ਯਾਰ ਬੱਚਿਆਂ ਨੂੰ ਮਾਤਮ ਕਰਦਾ ਦੇਖ ਅਜ਼ਾਦਾਰ ਜੇ ਬੱਚੇ ਮਾਤਮ ਬੈਖਰਦੇ ਨੇ ਬਸ ਤੁਸੀਂ ਅਜ਼ਾਦਾਰ ਹੀ ਕੰਜੂਸੀ ਨਾ ਕਰੋ ਅੱਲਾ ਜਾਣੇ ਆਉਂਦੇ ਸਾਲ ਕੌਣ ਸੀ ਜਿਹੜਾ ਇਸ ਮਸਾਇਬ ਤੇ ਰੋਸੀ ਜਵਾਨ ਮਾਤਮੀ ਅਜ਼ਾਦਾਰ ਹੋ ਜਿਹਦਾ ਮੋਮਨਾ ਇਨਕਾਰ ਕੀਤਾ ਹੈ ਇਸ ਹਰਾਮੀ ਵਜ਼ਨੀ ਪੱਥਰ ਚਾਹੇ ਭਾਈ ਗਜ਼ਨ ਫਰ ਭਾਈ ਆਮਿਰ ਜੇ ਇਜਾਜ਼ਤ ਦੇਵੇ ਰਿਵਾਇਤ ਪੜ ਛੋਣਾ ਇਸ ਹਰਾਮੀ ਵਜ਼ਨੀ ਪੱਥਰ ਜਾਇਆ ਏ ਇਹ ਪੌੜੀਆਂ ਚੜਦਾ ਆਇਆ ਏ ਉਹ ਜਵਾਨੋ ਆ ਕੇ ਤਾਲੇ ਤੇ ਜ਼ਰਬਾ ਖੜਾ ਮਰੇਂਦਾ ਏ ਇਵੇਂ ਪਰਦਾ ਰਾਣਾ ਮਰੇਂਦਾ ਤਾਲੇ ਤੇ ਆ ਲੱਗਦੀਆਂ ਮਾਂ ਦੇ ਜਿਗਰ ਤੇ ਆਏ ਅਜ਼ਾਦਾਰ ਉਹ ਸਤਵੀਂ ਜ਼ਰਾ ਭਾਈ ਤਾਲਾ ਤਰੁੱਟ ਗਿਆ ਏ ਅੰਧੇਰਾ ਕਮਰਾ ਏ ਹੱਥ ਵਧਾ ਮਰੇਂਦਾ ਏ ਝਿਣਕਾ ਵਧਾ ਦੇਂਦਾ ਏ ਆਦੇ ਕੌਣ ਸਯਾਦ ਇਤਨਾ ਜਾਣਦੇ ਆ ਰੱਬ ਦੇ ਲੋਕ ਮਹਿਮਾਨਾਂ ਤੋਂ ਜ਼ੁਲਮ ਨਹੀਂ ਕਰੇਂਦੇ ਵੱਡਾ ਮੂੰਹ ਤੇ ਹੱਥ ਦੇਂਦਾ ਰਹੀ ਹੈ ਛੋਟਾ ਤੇ ਤੇਰੇ ਮਹਿਮਾਨ ਆ ਮਹਿਮਾਨ ਲਫ਼
मैं हुसैन